ਅੱਗੇ ਜਾਣਕਾਰੀ ਦਿੱਤੀ ਹੈ ਵੀ ਹੈਲਮਟ ਪਾ ਕੇ ਰੱਖੋ ਜੀ, ਬਹੁਤ ਸਾਵਧਾਨੀ ਹੈ ਇਹਦੇ ਵਿੱਚ, ਇਹ ਬੰਦੇ ਦਾ ਬਚਾਅ ਹੋ ਜਾਂਦਾ। ਉਹਨਾਂ ਨੂੰ ਅਸੀਂ ਐਜ਼ ਅ ਮੈਟਰ ਆਫ ਕੰਪਲੀਮੈਂਟ ਉਹਨਾਂ ਨੂੰ ਰੋਜ਼ਸ ਦਿੱਤੇ ਆ ਤੇ ਨਾਲ ਉਹਨਾਂ ਨੂੰ ਵੀ ਫਸਟ ਏਡ ਕਿੱਟ ਦਿੱਤੇ ਆ ਕਿ ਉਹ ਟ੍ਰੈਫਿਕ ਦੇ ਰੂਲਸ ਫੋਲੋ ਕਰ ਰਹੇ ਕੀ ਆ। ਜਿਹੜੇ ਨਹੀਂ ਹੈਲਮਟ ਪਾਉਂਦੇ ਵੀ ਅੱਜ ਤਾਂ ਸਾਡੀ ਅਵੇਅਰਨੈਸ ਡਰਾਈਵ ਸੀਗੀ ਤਾਂ ਅਸੀਂ ਤੁਹਾਨੂੰ ਦੇ ਰਹੇ, ਅਦਰਵਾਈਜ਼ ਤੁਹਾਡੇ ਤੇ ਅਸੀਂ ਸਟ੍ਰਿਕਟ ਐਕਸ਼ਨ ਲਵਾਂਗੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚਾਨਣਾ। ਤਾਂ ਟ੍ਰੈਫਿਕ ਪੁਲਿਸ ਸਮਰਾਲਾ ਖੰਨਾ ਅਤੇ ਮਾਛੀਵਾੜਾ ਸਾਹਿਬ ਵੱਲੋਂ ਸਮਰਾਲਾ ਦੇ ਵਿੱਚ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ ਹੈ, ਜਿਸ ਦੇ ਵਿੱਚ SSP ਖੰਨਾ ਅਮਨੀਤ ਕੋਂਦਲ ਪਹੁੰਚੇ ਨੇ। ਤਾਂ ਲੋਕਾਂ ਨੂੰ ਟ੍ਰੈਫਿਕ ਦੇ ਰੂਲਸ ਬਾਰੇ, ਨਿਯਮਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਸੰਘਣੀ ਧੁੰਦ ਦੇ ਕਾਰਨ ਆਏ ਦਿਨ ਕੋਈ ਨਾ ਕੋਈ ਹਾਦਸਾ ਹੋ ਜਾਂਦਾ ਹੈ, ਤਾਂ ਲੋਕ ਆਪਣਾ ਬਚਾਅ ਕਰਨ ਦੇ ਲਈ ਗੱਡੀਆਂ ਦੇ ਉੱਤੇ ਉੱਥੇ ਟ੍ਰੈਫਿਕ ਪੁਲਿਸ ਵਾਲਿਆਂ ਵੱਲੋਂ ਰਿਫਲੈਕਟਰ ਵੀ ਲਗਾਏ ਜਾ ਰਹੇ ਨੇ, ਤੇ ਜਿਹੜੇ 2-wheeler ਦੇ ਉੱਤੇ ਲੋਕ ਆ ਰਹੇ ਨੇ ਉਹਨਾਂ ਨੂੰ ਹੈਲਮਟ ਵੀ ਦਿੱਤੇ ਜਾ ਰਹੇ ਨੇ, ਤਾਂ ਕਿ ਲੋਕ ਜਾਗਰੂਕ ਹੋ ਸਕਣ ਤੇ ਜਿਹੜੇ ਸੜਕੀ ਹਾਦਸੇ ਹੁੰਦੇ ਨੇ ਉਹਨਾਂ ਤੋਂ ਬਚਾਅ ਹੋ ਸਕੇ। ਤਾਂ ਸਾਡੇ ਨਾਲ ਕੁਝ ਰਾਹਗੀਰ ਮੌਜੂਦ ਨੇ ਜਿਹੜੇ ਉਸ ਜਗ੍ਹਾ ਦੇ ਉੱਤੇ ਲੰਘੇ ਜਾ ਰਹੇ ਸੀਗੇ, ਗੱਲਬਾਤ ਕਰ ਲੈਂਦੇ ਆ। ਬਾਈ ਜੀ ਕੀ ਨਾਮ ਹੈ, ਕਿਹੜੇ ਸ਼ਹਿਰ ਦੇ? ਹਾਂਜੀ, ਮੈਂ ਪਿੰਡ ਕਪੜਾਲੇ ਦਾ ਰਹਿਣ ਵਾਲਾ ਪਰਮੇਸ਼ਰ ਸਿੰਘ ਮੇਰਾ ਨਾਂ ਹੈ। ਕਪੜਾਲੇ ਆਇਆ ਸੀਗਾ ਤੇ ਟ੍ਰੈਫਿਕ ਵਾਲੇ ਨੇ ਰੋਕਿਆ ਸੀ ਮੈਨੂੰ, ਮੇਰੇ ਹੈਲਮਟ ਪਾਇਆ ਹੋਇਆ ਨਹੀਂ ਸੀਗਾ, ਇਸ ਕਰਕੇ ਮੈਨੂੰ ਇਹਨਾਂ ਨੇ ਹੈਲਮਟ ਦਿੱਤਾ। ਅੱਗੇ ਜਾਣਕਾਰੀ ਦਿੱਤੀ ਹੈ ਵੀ ਹੈਲਮਟ ਪਾ ਕੇ ਰੱਖੋ, ਬਹੁਤ ਸਾਵਧਾਨੀ ਹੈ ਇਹਦੇ ਵਿੱਚ, ਇਹ ਬੰਦੇ ਦਾ ਬਚਾਅ ਹੋ ਜਾਂਦਾ। ਕੀ ਕੋਈ ਚਲਾਨ ਵਗੈਰਾ ਵੀ ਕੀਤਾ ਉਹਨਾਂ ਨੇ ਤੁਹਾਨੂੰ ਰੋਕਿਆ? ਨਹੀਂ, ਚਲਾਨ ਨਹੀਂ, ਅੱਜ ਹਦਾਇਤਾਂ ਹੀ ਦਿੱਤੀਆਂ ਜੀ ਇਹਨਾਂ ਨੇ। ਕਿਸ ਤਰ੍ਹਾਂ ਦੇਖਦੇ ਹੋ ਧੁੰਦ ਦਾ ਮੌਸਮ ਹੈ, ਲੋਕ ਬਿਨਾਂ ਹੈਲਮਟ ਤੋਂ ਵੀ ਆਉਂਦੇ ਨੇ, ਰਿਫਲੈਕਟਰ ਵੀ ਨਹੀਂ ਲੱਗੇ ਹੁੰਦੇ ਕਾਰਾਂ ਤੇ ਗੱਡੀਆਂ ਤੇ ਜਾਂ ਮੋਟਰਸਾਈਕਲਾਂ ਤੇ, ਕਿਸ ਤਰ੍ਹਾਂ ਉਹਨਾਂ ਨੂੰ ਦੇਖਦੇ ਹੋ ਉਸ ਚੀਜ਼ਾਂ ਨੂੰ? ਇਹਨਾਂ ਨੂੰ ਹਰ ਇੱਕ ਨੂੰ ਆਪਣੇ ਪੇਪਰ ਮਾਰਨੀ ਚਾਹੀਦੀ ਹੈ, ਧੁੰਦ ਦਾ ਸਮਾਂ ਹੈ ਤੇ ਹੈਲਮਟ ਲੈਣਾ ਚਾਹੀਦਾ, ਬਚਾਅ ਹੋ ਸਕਦਾ, ਸ਼ੀਸ਼ਾ ਲੱਗਿਆ ਉਹਦੇ ਵਿੱਚ ਅਲੀ ਧੁੰਦ ਨੇ ਥੋੜ੍ਹਾ ਜਿਹਾ ਹੈਗਾ, ਔਖਾ ਲੱਗਦਾ। ਪਰ ਕੁਝ ਲੋਕ ਇਹ ਕਹਿ ਦਿੰਦੇ ਕਿ ਹੈਲਮਟ ਲਿੱਤੇ ਤੇ ਤਾਂ ਸਾਡੇ ਵਾਲ ਖਰਾਬ ਹੋ ਜਾਣਗੇ ਜਾਂ ਅਜਿਹਾ ਕੁਝ ਕਰਦੇ ਨੇ, ਉਹਨਾਂ ਨੂੰ ਤੁਹਾਡੀ ਕੀ ਅਪੀਲ ਹੈ, ਕੀ ਕਹਿਣਾ? ਅਪੀਲ ਤਾਂ ਇਹ ਦੇ ਸਕਦਾ ਮੈਂ, ਸਮਝਾਇਆ ਸਭੀ ਵਾਲਾਂ ਦਾ ਕੋਈ ਨਹੀਂ, ਜੇ ਸਾਰਾ ਕੁਝ ਜ਼ਿੰਦਗੀ ਨਾਲ ਹੀ ਆ, ਜ਼ਿੰਦਗੀ ਨਾਲ ਹੀ ਚੱਲਦਾ ਮੈਂ, ਵੀ ਜੇ ਹੈਲਮਟ ਪਾਇਆ ਹੋਊਗਾ ਬਚਾਅ ਹੋ ਸਕਦਾ। ਤਾਂ SSP ਖੰਨਾ ਅਵਨੀਤ ਕੋਂਡਲ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਮੈਮ, ਜਾਗਰੂਕਤਾ ਸੈਮੀਨਾਰ ਤੇ ਪਹੁੰਚਿਆ ਹੋਈ ਸੀ, ਕਿਸ ਵਜ੍ਹਾ ਕਰਕੇ? ਜੀ, ਸਾਡਾ ਖੰਨਾ ਪੁਲਿਸ ਵੱਲੋਂ ਇੱਕ ਟ੍ਰੈਫਿਕ ਅਵੇਅਰਨੈਸ ਦਾ ਉਪਰਾਲਾ ਅਸੀਂ ਪਲਾਨ ਕੀਤਾ ਸੀਗਾ ਸਮਰਾਲਾ ਏਰੀਆ 'ਚ, ਪਹਿਲਾਂ ਅਸੀਂ ਖੰਨਾ 'ਚ ਕੀਤਾ ਸੀ, ਅੱਜ ਸਮਰਾਲਾ। ਉੱਥੇ DSP ਜਿਹਨਾਂ ਕੋਲ ਟ੍ਰੈਫਿਕ ਦਾ ਇੰਚਾਰਜ ਹੈ ਪਵਨਜੀਤ ਜੀ, ਉਹਨਾਂ ਨੇ ਔਰ DSP ਸਮਰਾਲਾ ਜਸਵਿੰਦਰ ਨੇ ਮਿਲ ਕੇ ਇੱਥੇ ਔਰਗਨਾਈਜ਼ ਕੀਤਾ, ਜਿਹਦੇ 'ਚ ਅਸੀਂ ਜਿਹਨਾਂ 2-wheeler ਵਾਲਿਆਂ ਨੇ ਹੈਲਮਟ ਨਹੀਂ ਲਾਏ ਸੀ ਉਹਨਾਂ ਨੂੰ ਅਸੀਂ ਹੈਲਮਟ ਦਿੱਤੇ, ਜਿਨ੍ਹਾਂ ਨੇ ਜਿਹੜੇ ਸਾਈਕਲ ਤੇ ਹੁੰਦੇ ਆ ਸਪੈਸ਼ਲੀ ਗਰੀਬ ਲੋਕ, ਉਹਨਾਂ ਨੂੰ ਅਸੀਂ ਰਿਫਲੈਕਟਰ ਬੈਲਟਸ ਦਿੱਤੀਆਂ, ਸੋ ਦੈਟ ਜਦੋਂ ਕੋਈ ਧੁੰਦ 'ਚ ਜਾਂ ਲੇਟ ਨਾਈਟ ਉਹ ਚਲਾਉਂਦੇ ਆ, ਅੱਜ ਕੱਲ੍ਹ ਜਿਵੇਂ ਮੌਸਮ ਬਣਾ ਉਸ ਤਰ੍ਹਾਂ ਦਾ, ਉਹ ਯੂਜ਼ ਕਰਨ 'ਤੇ ਅਸੀਂ ਰਿਫਲੈਕਟਰ 4-wheeler 'ਤੇ ਰਿਫਲੈਕਟਰ ਸਟਿੱਕਰਸ ਲਗਾਏ ਆ, ਸਾਈਕਲਾਂ 'ਤੇ ਰਿਫਲੈਕਟਰ ਛੋਟੇ ਵਾਲੇ ਸਟਿੱਕਰ ਲਗਾਏ, ਔਰ ਇਹ ਤਾਂ ਕਿਉਂਕਿ ਅੱਜ ਸਾਡਾ ਅਵੇਅਰਨੈਸ ਡਰਾਈਵ ਹੈ, ਇਸ ਕਰਕੇ ਅਸੀਂ ਇਹ ਚੀਜ਼ਾਂ ਦਿੱਤੀਆਂ, ਪਲੱਸ ਅਸੀਂ ਫਸਟ ਏਡ ਕਿੱਟਸ ਵੀ ਦਿੱਤੀਆਂ, ਔਰ ਇਸਦੇ ਨਾਲ ਨਾਲ ਜਿਹੜੇ ਲੋਕ ਗੱਡੀਆਂ 'ਚ ਸੀਟ ਬੈਲਟ ਲਗਾ ਕੇ ਘੁੰਮ ਰਹੇ ਸੀਗੇ, ਉਹਨਾਂ ਨੂੰ ਅਸੀਂ ਐਜ਼ ਅ ਮੈਟਰ ਆਫ ਕੰਪਲੀਮੈਂਟ ਉਹਨਾਂ ਨੂੰ ਰੋਜ਼ਸ ਦਿੱਤੇ ਆ, ਤੇ ਨਾਲ ਉਹਨਾਂ ਨੂੰ ਵੀ ਫਸਟ ਏਡ ਕਿੱਟਸ ਦਿੱਤੇ ਆ ਕਿ ਉਹ ਟ੍ਰੈਫਿਕ ਦੇ ਰੂਲਸ ਫੋਲੋ ਕਰ ਰਹੇ, ਬਟ ਨਾਲ ਦੇ ਨਾਲ ਉਹਨਾਂ ਨੂੰ ਇਹ ਵੀ ਕਿਹਾ ਜਿਹੜੇ ਨਹੀਂ ਹੈਲਮਟ ਪਾਉਂਦੇ ਵੀ ਅੱਜ ਤਾਂ ਸਾਡੀ ਅਵੇਅਰਨੈਸ ਡਰਾਈਵ ਸੀਗੀ ਤਾਂ ਅਸੀਂ ਤੁਹਾਨੂੰ ਦੇ ਰਹੇ, ਅਦਰਵਾਈਜ਼ ਤੁਹਾਡੇ ਤੇ ਅਸੀਂ ਸਟ੍ਰਿਕਟ ਐਕਸ਼ਨ ਲਵਾਂਗੇ। ਕਿੰਨੇ ਕੁ ਅਵੇਅਰ ਨੇ ਲੋਕ ਜੇ ਦੇਖੀਏ ਤਾਂ ਟ੍ਰੈਫਿਕ ਰੂਲਸ ਨੂੰ ਲੈ ਕੇ, ਅਵੇਅਰ ਹੈਗੇ ਵੀ ਨੇ ਜਾਂ ਨਹੀਂ ਹੈਗੇ? ਸੀ, ਆਈ ਥਿੰਕ ਟ੍ਰੈਫਿਕ ਰੂਲ ਨੂੰ ਅਵੇਅਰ ਤਾਂ ਹੋਣੇ ਹੀ ਚਾਹੀਦੇ, ਇਟ ਵਿਲ ਬੀ ਅ ਸਰਪ੍ਰਾਈਜ਼ ਟੂ ਮੀ ਜੇ ਨਹੀਂ ਹੈ, ਬਟ ਯੈਸ ਮੈਂ ਤਾਂ ਇਹੀ ਅਪੀਲ ਕਰਾਂਗੀ ਕਿ ਜੇ ਅਸੀਂ ਟ੍ਰੈਫਿਕ ਇਨਫੋਰਸਮੈਂਟ ਕਰੇ, ਅਵੇਅਰਨੈਸ ਕਰੇ, ਬਟ ਇਸ ਦੇ ਨਾਲ ਨਾਲ ਤੁਹਾਡੀ
ਲਾਈਫ ਤਾਂ ਤੁਹਾਡੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੋਣੀ ਚਾਹੀਦੀ ਹੈ। ਜੇ ਤੁਸੀਂ ਬਿਨਾਂ ਹੈਲਮੇਟ ਤੋਂ ਕਿਤੇ ਗਿਰ ਜਾਓ ਸੜਕ ਤੇ, ਹੈਡ ਇੰਜਰੀ ਹੋ ਜਾਏ, ਉਹਦਾ ਕੀ ਨੁਕਸਾਨ ਹੁੰਦਾ ਹੈ ਸਾਨੂੰ ਸਾਰਿਆਂ ਨੂੰ ਪਤਾ। ਸੋ ਆਈ ਥਿੰਕ ਰਿਸਪੋਂਸੀਬਲ ਸਿਟੀਜ਼ਨ ਬਣਨਾ ਵੀ ਸਾਡੀ ਡਿਊਟੀ ਹੈ। ਅਸੀਂ ਤਾਂ ਚਲੋ ਮੁਹਿੰਮ ਚਲਾਈਏ ਤਾਂ ਅਸੀਂ ਆਏ, ਨਹੀਂ ਤਾਂ ਅਸੀਂ ਐਕਸ਼ਨ ਲੈਂਦੇ ਹਾਂ, ਫਿਰ ਵੀ ਨੁਕਸਾਨ ਉਹਨਾਂ ਦਾ ਹੀ ਹੁੰਦਾ। ਸੋ ਇਟਸ ਬੈਟਰ ਕਿ ਅਸੀਂ ਸਾਰੇ ਨਾਗਰਿਕ ਜ਼ਿੰਮੇਵਾਰ ਬਣੀਏ ਔਰ ਟ੍ਰੈਫਿਕ ਦੇ ਰੂਲਸ ਨੂੰ ਫੋਲੋ ਕਰੀਏ। ਆਏ ਦਿਨ ਮੈਮ ਧੁੰਦੇ ਦੇ ਨਾਲ ਵੀ ਬੜੇ ਹਾਦਸੇ ਹੁੰਦੇ ਨੇ, ਉਹਦੇ ਰਿਗਾਰਡਿੰਗ ਤੁਸੀਂ ਦੱਸਿਆ ਕਿ ਰਿਫਲੈਕਟਰ ਵਗੈਰਾ ਵੀ ਲਗਾਏ ਨੇ, ਪਰ ਲੋਕ ਆਪਣੀਆਂ ਗੱਡੀਆਂ ਦੇ ਉੱਤੇ ਆਪ ਕਿਉਂ ਨਹੀਂ ਸਮਝਦੇ ਹੈਗੇ, ਕਿਉਂ ਨਹੀਂ ਸਮਝਦਾਰ ਬਣਦੇ ਪਏ ਲੋਕ ਕਿ ਜਦ ਟ੍ਰੈਫਿਕ ਪੁਲਿਸ ਹੀ ਅਜਿਹੇ ਕੰਮ ਕਰਦੀ ਹੈ ਜਾਂ ਪੰਜਾਬ ਪੁਲਿਸ ਕਰਦੀ ਹੈ ਉਦੋਂ ਹੀ ਕਿਉਂ ਸਮਝਦੇ ਨੇ ਜਾਂ ਕੋਈ ਹਾਦਸਾ ਹੋ ਜਾਂਦਾ ਉਸ ਤੋਂ ਬਾਅਦ ਹੀ ਕਿਉਂ ਜਾਣੂ। ਆਈ ਥਿੰਕ ਇਸ ਤੇ ਮੈਂ ਕਮੈਂਟ ਨਹੀਂ ਕਰਨਾ ਚਾਹਾਂਗੀ, ਬਟ ਅਗੇਨ ਮੈਂ ਜਿਹੜੀ ਗੱਲ ਕੀਤੀ ਕਿ ਸਾਨੂੰ ਆਪ ਵੀ ਇੱਕ ਰਿਸਪੋਂਸੀਬਲ ਨਾਗਰਿਕ ਬਣਨਾ ਚਾਹੀਦਾ ਔਰ ਜਾਨ ਸਾਡੀ ਆਪਣੀ ਪਿਆਰੀ ਹੋਣੀ ਚਾਹੀਦੀ ਪਹਿਲਾਂ, ਇਹ ਚੱਲ ਸੇਫਟੀ ਫਸਟ ਤੇ ਬਾਕੀ ਸਭ ਜਾਨ ਹੈ ਤੋ ਜਹਾਨ ਹੈ ਜਿਵੇਂ ਕਹਿੰਦੇ। ਇਸ ਕਰਕੇ ਤੁਹਾਨੂੰ ਚ ਸਾਡੀਆਂ ਵੀ ਫਰਜ਼ ਬਣਦੇ, ਅਸੀਂ ਵੱਧ ਤੋਂ ਵੱਧ ਇੱਦਾਂ ਦੀ ਕੁਛ ਨਾ ਕੁਛ ਐਫਰਟ ਕਰੀਏ, ਬਟ ਲੋਕਾਂ ਨੂੰ ਵੀ ਥੋੜਾ ਅਲਰਟ ਹੋ ਕੇ ਚੱਲਣਾ ਚਾਹੀਦਾ। ਤਾਂ ਬਿਲਕੁਲ ਅਸੀਂ ਗੱਲਬਾਤ ਕੀਤੀ ਹੈ ਐਸਐਸਪੀ ਖੰਨਾ ਮੀਤ ਕੋਂਡਲ ਉਹਨਾਂ ਨਾਲ, ਜੋ ਕਿ ਇੱਕ ਜਾਗਰੂਕਤਾ ਕੈਂਪ ਹੈ ਜਿਹੜਾ ਉਹ ਲਗਾਇਆ ਗਿਆ ਸੀ, ਜਿਸ ਦੇ ਵਿੱਚ ਲੋਕਾਂ ਨੂੰ ਟੂ ਵੀਲਰ ਤੇ ਜਿਹੜੇ ਆ ਰਹੇ ਸੀ ਉਹਨਾਂ ਨੂੰ ਹੈਲਮਟ ਵੀ ਦਿੱਤੇ ਗਏ ਨੇ, ਜਿਹੜੇ ਬਿਨਾਂ ਹੈਲਮਟ ਤੋਂ ਸੀਗੇ ਜਾਂ ਜਿਹਨਾਂ ਲੋਕਾਂ ਨੇ ਉਹਨਾਂ ਦੇ ਵਿੱਚ ਜੇ ਗੱਲ ਕਰੀਏ ਫਸਟ ਏਡ ਦੀਆਂ ਕਿੱਟਾਂ ਨੇ ਜਿਹੜੀਆਂ ਉਹ ਵੀ ਦਿੱਤੀਆਂ ਗਈਆਂ ਨੇ, ਤਾਂ ਕਿ ਲੋਕ ਜਾਗਰੂਕ ਹੋਣ, ਹਾਦਸਿਆਂ ਦਾ ਸ਼ਿਕਾਰ ਨਾ ਹੋਣ, ਤਾਂ ਹਾਦਸਿਆਂ ਤੋਂ ਬਚ ਸਕਣ। ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ ਡੀਫਾਈ ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।